ਰਾਤ ਤਕਰੀਬਨ 3:30 ਵਜੇ ਇੱਕ ਸਕਾਰਪੀਓ ਗੱਡੀ ਜੋ ਸਾਡੇ ਪਿੱਛੇ ਖੜੀ ਹੈ, ਇਹ ਸਾਡੇ ਇੱਥੇ ਤਵੱਕਲੀ ਮੋੜ ਵਿਖੇ ਸਾਡਾ ਪੋਲ ਦੇ ਵਿੱਚ ਮਾਰ ਕੇ ਐਕਸੀਡੈਂਟ ਕਰਕੇ ਅਤੇ ਰਾਤੀ ਇੱਥੇ ਖੜੀ ਹੈ। ਨੁਕਸਾਨ ਸਾਡਾ ਕਾਫੀ ਨੁਕਸਾਨ ਕੀਤਾ ਹੈ, ਗੱਡੀ ਨੇ ਪੋਲ ਤੋੜ ਕੇ ਟੁੱਟ ਗਿਆ, ਸਪਲਾਈ ਵੀ ਇਫੈਕਟ ਹੋਈ ਹੈ। ਚਲੋ ਉਹ ਅਸੀਂ ਥੋੜ੍ਹਾ ਮੇਨਟੇਨ ਕੀਤੀ ਹੈ ਸਪਲਾਈ, ਬਟ ਬਿਜਲੀ ਬੋਰਡ ਦਾ ਕਾਫੀ ਨੁਕਸਾਨ ਹੋਇਆ। ਕਿੰਨਾ ਕੁ ਨੁਕਸਾਨ ਹੋਇਆ ਪੋਲ? ਤਕਰੀਬਨ 60-70 ਹਜ਼ਾਰ ਦਾ ਜੋ ਹੈ ਜੋ ਦੇਖਣ ਨੂੰ ਪ੍ਰਾਇਮਰੀਲੀ ਲੱਗ ਰਿਹਾ ਆ, ਨੁਕਸਾਨ ਹੈਗਾ ਆ। ਮਹਿਕਮੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਆ? ਅਸੀਂ ਪੁਲਿਸ ਨੂੰ, ਜੋ ਲੋਕਲ ਪੁਲਿਸ ਹੈ ਥਾਣਾ ਆ, ਉਹਨਾਂ ਨੂੰ ਅਸੀਂ ਲਿਖ ਰਹੇ ਹਾਂ ਕਿ ਜੋ ਜਿਹਦੀ ਗੱਡੀ ਹੈ ਪੜਤਾਲ ਕਰਕੇ ਉਹਨਾਂ ਦੇ ਅਗੇਂਸਟ ਕਾਰਵਾਈ ਕੀਤੀ ਜਾਵੇ ਔਰ ਜੋ ਨੁਕਸਾਨ ਸਾਡਾ ਹੋਇਆ ਉਹਦੀ ਭਰਪਾਈ ਕਰੋ। ਅਤੇ ਪਤਾ ਲੱਗਿਆ ਵੀ ਕਿਹਨਾਂ ਨੇ ਗੱਡੀ, ਕਿਹਨਾਂ ਦੀ ਕਿਹਨਾਂ ਨੇ ਨੁਕਸਾਨ ਕੀਤਾ? ਨਹੀਂ, ਹਾਲੇ ਤੱਕ ਕੋਈ ਵੀ ਸਾਹਮਣੇ ਨਹੀਂ ਆਇਆ ਹੈਗਾ, ਗੱਡੀ ਲੌਕ ਹੈ। ਤੁਸੀਂ ਪੁਲਿਸ ਰਿਪੋਰਟ ਕਰਾ ਦਿੱਤੀ ਹੈ? ਜੀ, ਅਸੀਂ ਮੈਂ ਮੇਰੀ ਹੁਣੇ SHO ਸਾਹਿਬ ਨਾਲ ਗੱਲ ਹੋਈ ਹੈ, ਅਸੀਂ ਰਿਟਰਨ ਦੇ ਵਿੱਚ ਦੇ ਰਹੇ ਹਾਂ। ਇਹ ਪਹਿਲਾਂ ਵੀ ਇਸ ਤਰ੍ਹਾਂ ਦੇ ਐਕਸੀਡੈਂਟ ਜਿਵੇਂ ਖੰਭੇ ਟੁੱਟ ਜਾਂਦੇ ਹੁੰਦੇ ਆ, ਹਾਂ, ਉਹਦੇ ਵਿੱਚ ਕੀ ਪ੍ਰੋਸੀਜਰ ਹੁੰਦਾ ਹੈ? ਕਈ ਵਾਰ ਤਾਂ ਕਹਿੰਦੇ ਵੀ ਮਤਲਬ ਡਿਪਾਰਟਮੈਂਟ ਪੈਸੇ ਭਰਵਾ ਕੇ ਮਤਲਬ ਕਰਮ ਕਰ ਜੀ। ਅਗਰ ਜਿਹੜਾ ਕਲਪ੍ਰਿਟ ਹੈ ਜਿਹਨੇ ਐਕਸੀਡੈਂਟ ਕੀਤਾ ਆ, ਜੇ ਉਹ ਡਿਪੋਜ਼ਿਟ ਐਸਟੀਮੇਟ ਸਾਡਾ ਹੁੰਦਾ ਆ, ਜੋ ਆਪ ਆ ਕੇ ਜੋ ਅਮਾਊਂਟ ਬਣਦੀ ਹੈ, ਜੋ ਸਾਡਾ ਐਸਟੀਮੇਟ ਤਿਆਰ ਹੁੰਦਾ, ਉਹਦੀ ਜੋ ਅਮਾਊਂਟ ਹੁੰਦੀ ਹੈ ਜੋ ਭਰਵਾ ਦਿੰਦਾ ਆ, ਤਾਂ ਸੈਪਰੇਟ ਹੋ ਜਾਂਦਾ ਉੱਥੇ, ਪੁਲਿਸ ਕਾਰਵਾਈ ਨਹੀਂ ਹੁੰਦੀ। ਹੁਣ ਤੁਸੀਂ ਇਸ ਮਾਮਲੇ ਲੈ ਕੇ ਕੀ ਕਾਰਵਾਈ ਕਰਾ ਰਹੇ ਹੋ? ਅਸੀਂ ਪੁਲਿਸ ਥਾਣੇ ਨੂੰ ਲਿਖ ਰਹੇ ਹਾਂ ਕਿ ਜਿਹਦੀ ਗੱਡੀ ਹੈ ਟਰੇਸ ਕਰਨ, ਅਤੇ ਜੋ ਮਹਿਕਮੇ ਦਾ ਨੁਕਸਾਨ ਹੋਇਆ ਉਹਦੀ ਭਰਪਾਈ ਕਰਨਾ।